ਸਲਾਮ ਜੀ। ਵਾਲੇਕੁਮ ਸਲਾਮ ਜੀ। ਭਾਈ ਮਨਿਆਰੀ ਦੀ ਦੁਕਾਨ? ਨਹੀਂ, ਪੰਸਾਰੀ ਦੀ ਦੁਕਾਨ ਆ। ਇਹ ਸੇਬਾਂ ਦਾ ਮੁਰੱਬਾ ਵਾ, ਘੜੀਦਾ ਦਾ ਮੁਰੱਬਾ ਵਾ, ਇਹ ਗਾਜਰ ਦਾ ਮੁਰੱਬਾ ਵਾ। ਵੀ ਇੱਥੇ ਲੈਸਾਂ ਨੂੰ ਅੱਧਾ ਕਿਲੋ ਗਾਜਰਾਂ ਦਾ ਮੁਰੱਬਾ ਦੇਣਾ। ਸੱਸ ਮੇਰੀ ਤਾਂ ਬੜੇ ਗੁੰਦੇ ਆ ਜੀ, ਦਰਦੇ, ਡਾਕਟਰ ਨੇ ਦੱਸਿਆ। ਉਹ ਬੀਬੀ, ਤੁਹਾਨੂੰ ਨਜ਼ਰ ਨਹੀਂ ਆਉਂਦਾ ਪਿਆ ਕਿ ਇਹ ਮਨਿਆਰੀ ਦੀ ਦੁਕਾਨ ਆ? ਅੰਦਰ ਬੜੇ ਲੈਸਾਂ ਨੇ, ਇਹ ਚੀਜ਼ਾਂ ਲੱਗੀਆਂ ਤਾਂ ਮਨਿਆਰੀ ਹੈ ਨਾ। ਅੱਛਾ ਅੱਛਾ। ਹੋਰ? ਮੈਂ ਵੀ ਭਾਈ ਨੂੰ ਲੈਸ ਹੀ ਲੈਣ ਆਈ। ਅੱਛਾ ਅੱਛਾ, ਬਿਸਮਿਲਾ ਖਾਨ ਦਿਓ ਜੀ, ਕੀ ਲੈਣਾ? ਇਸ ਕਲਰ ਦੀ ਲੈਸ ਵਿਖਾ। ਇਸ ਕਲਰ ਦੀ ਲੈਸ ਵਿਖਾ ਦਿੰਦੇ ਤੁਹਾਨੂੰ ਜੀ, ਇਸ ਕਲਰ ਦੀ ਲੈਸ। ਆਹ ਵੇਖੋ, ਆਹ ਵੇਖੋ। ਨਹੀਂ ਨਹੀਂ, ਹਾਂ ਇਹ ਵੇਖੋ, ਨਾਲ ਮੈਚ ਹੁੰਦੀ। ਨਹੀਂ ਭਾਈ ਨੇ, ਹਾਂ ਸ਼ਟਲ ਦੀ ਲੈਸ ਹੈ ਤੂੰ ਵਿਖਾਓ। ਹੈਂ? ਸ਼ਟਲ ਦੀ? ਸ਼ਟਲ ਤਾਂ ਹੁਣੇ ਮੈਂ ਚੁੱਕੇ ਹੈ ਦੁਕਾਨ ਦਾ, ਅੱਲਾ ਦਾ ਨਾਂ ਲੈ ਕੇ ਬਿਸਮਿਲਾ ਕਰਕੇ। ਭਾਈ ਨੂੰ ਸ਼ਟਲ ਦੀ ਸ਼ਟਲ। ਅੱਛਾ, ਉਹ ਤਾਂ ਉਹਦੇ ਨਾਲ ਛਿੱਕਿਆ ਨਾ ਨਹੀਂ, ਇੰਜ ਕਰਕੇ ਖੇਡੀ ਦੀ ਉਹ ਨਹੀਂ ਸ਼ਟਲ। ਨਹੀਂ ਨਹੀਂ ਭਾਈ ਨਾ, ਸ਼ਟਲ ਸ਼ਟਲ ਕਹਿੰਦੇ ਨੇ, ਲੈਸ ਲੈਸ। ਅੱਛਾ ਅੱਛਾ, ਸ਼ਟਲ ਦੇ ਵਿੱਚ, ਕੱਪੜੇ ਦੇ ਵਿੱਚ। ਹਾਂ, ਉਹ ਮੁੱਕੀ ਹੋਈ ਬਾਜੀ, ਉਹ ਨਹੀਂ ਹੈ। ਅੱਛਾ, ਬਟਨ ਹੈ ਤੇ ਇਸ ਰੰਗ ਦੇ? ਬਟਨ ਮੈਸ ਤੇ ਲੱਭੀ ਨਹੀਂ, ਬਟਨ ਦਿਖਾਓ ਇਸ ਰੰਗ। ਬਟਨ ਤੁਹਾਨੂੰ ਵਿਖਾ ਦੇਣਾ ਤਾਂ, ਹੋਰ ਕੁਝ ਤੁਸੀਂ ਦੱਸੋ ਮੈਨੂੰ, ਹੋਰ ਕੀ ਲੈਣਾ ਤੁਸੀਂ? ਅੱਛਾ, ਆਹੋ ਚਲੋ, ਬਟਨ ਇਹ ਲੱਗੇ ਲਿਆਓ, ਮੈਚ ਕਰਕੇ ਤੁਹਾਨੂੰ ਵੇਖ ਦਿੰਦੇ ਹਾਂ ਕਿਹੜੇ ਆ ਬਟਨ। ਹੁਣ ਫੈਂਸੀ ਬਟਨ, ਹੁਣ ਫੈਂਸੀ ਕਿਸ ਕਿਸਮ ਦੇ ਤੁਹਾਨੂੰ ਚਾਹੀਦੇ ਆ? ਵੱਡੇ ਬਟਨ ਚਾਹੀਦੇ ਨੇ ਫੈਂਸੀ 'ਚ। ਆਹ ਵੇਖ ਲਓ, ਇਹ ਲੱਗੇ ਹੋਏ ਨੇ, ਇਹਨਾਂ ਦੇ ਵਿੱਚੋਂ ਤੁਹਾਨੂੰ ਵਿਖਾ ਦੇ। ਇਹ ਵੇਖੋ, ਇਹ ਵੇਖੋ, ਇਹ ਵੇਖੋ ਫੈਂਸੀ। ਇੰਨੀ ਤੁਹਾਡੇ ਸਮਾਨ 'ਤੇ ਮਿੱਟੀ ਪਈ, ਮੈਨੂੰ ਲੱਗਦਾ ਤੁਹਾਡੀ ਦੁਕਾਨ 'ਤੇ ਦਾਤ ਫੁੱਲ ਨਹੀਂ ਹੁੰਦਾ। ਮਿੱਟੀ ਉਹ ਮਿੱਟੀ ਹੋ ਜਾਣੀ ਹਰ ਸ਼ਾਇਦ ਬਾਜੀ, ਤੂੰ ਕਿਉਂ ਪਰੇਸ਼ਾਨ ਹੋਈ ਹੈ? ਥੋੜ੍ਹਾ ਗੱਡੀਆਂ ਚੱਲਦੀਆਂ ਸੜਕ ਤੋਂ, ਸਾਰਾ ਦਿਨ ਮਿੱਟੀ 'ਚ ਹੀ ਰਹੀਦਾ ਵਾ। ਇੰਜ ਦੇ ਬਟਨ ਵੇਖੋ, ਇਹ ਠੀਕ ਹੈ ਭਾਈ ਨਾ? ਇਹ ਤਾਂ ਬਹੁਤ ਵੱਡੇ ਨੇ, ਇਹ ਤਾਂ ਕੁੜਤੀਆਂ ਨੂੰ ਲਾਉਣ ਵਾਲੇ ਨੇ ਭਾਈ। ਨਹੀਂ ਨਹੀਂ, ਇਹ ਕੁੜਤਿਆਂ ਨੂੰ ਲਾਉਂਦੇ, ਕਮੀਜ਼ਾਂ ਨੂੰ ਲਾਉਂਦੇ ਨਾ, ਉਹ ਨਹੀਂ ਲੱਗਦਾ ਫਿਰ ਲੈਣ ਹੋ ਤੁਸੀਂ। ਤੁਸੀਂ ਲੈਣਾ ਕੀ ਮੈਨੂੰ ਉਹ ਦੱਸੋ ਤੁਸੀਂ ਜੀ। ਉਹ ਹੈ ਜੀ ਆਪਣਾ ਕੀ, ਆਲੋਵੇਰਾ। ਹੈ? ਆਲੋਵੇਰਾ? ਆਲੋਵੇਰਾ ਕਿਹੜਾ ਹੁੰਦਾ ਜੀ? ਆਲੋਵੇਰਾ ਭਾਈ ਨੂੰ ਨਹੀਂ ਹੁੰਦਾ, ਉਹ ਜਿਹੜਾ ਮੂੰਹ ਦੇ ਉੱਤੇ ਲਾਈਏ ਤੇ ਠੰਡਾ ਠੰਡਾ ਜਿਹਾ ਨਹੀਂ ਹੋ ਜਾਂਦਾ? ਆਲੋਵੇਰਾ, ਐਲੋਵੇਰਾ ਉਹ ਕੁਆਲ ਗੰਦਰ ਦਾ ਜਿਹੜਾ ਹੁੰਦਾ ਵਾ। ਨਾ ਤੈਨੂੰ ਵੀ ਸਹੀ ਨਹੀਂ ਆਉਂਦਾ। ਜੇ ਤੂੰ ਆਲੋਵੇਰਾ ਪੁੱਛਣਾ ਤਾਂ ਮੈਂ ਤੈਨੂੰ ਭਿੰਡੀ ਵੇਲਾ ਹੀ ਦੱਸਣਾ ਵਾ, ਖੀਰੇ ਵੇਲਾ ਦੱਸਣਾ ਵਾ, ਮੈਨੂੰ ਹੋਰ ਕੀ ਮੈਂ ਦੱਸ ਦੇਣਾ ਇੱਥੇ? ਨਹੀਂ ਨਹੀਂ, ਉਹ ਉਹਦੇ ਤੋਂ ਉਹਦੇ ਤੁਹਾਨੂੰ ਉਹ ਉਹਦੇ ਕਿਸੇ ਤੁਹਾਨੂੰ ਉਹਦੇ ਤੋਂ ਲੱਭਣਾ, ਫੋਟੇ ਜੋ ਕੱਢਣੀ ਪੈਣੀ ਹੈ। ਨਹੀਂ ਨਹੀਂ ਭਾਈ ਨਾ, ਕੀ ਹੋ ਗਿਆ ਤੁਹਾਨੂੰ? ਉਹ ਇਹ ਮਿਲ ਜਾਂਦੀ ਹੈ ਦੁਕਾਨਾਂ ਦੇ ਉੱਤੋਂ, ਬੋਤਲ ਜਿਹੀ ਦੇ ਵਿੱਚ ਹੁੰਦੀ ਹੈ। ਅੱਛਾ, ਉਹ ਐਲੋਵੇਰਾ ਦਾ ਉਹ ਦੇਈ ਯਾਰ, ਇੱਥੇ ਪਿਆ ਬਣਾ ਦੇ ਐਲੋਵੇਰਾ, ਇਹਨੂੰ ਕਹਿੰਦੇ? ਅੱਛਾ, ਇਹਦੇ ਨਾਲ ਦਾ ਇੱਕ ਨਾ ਸਾਸ਼ੇ ਦੇ ਦਿਓ ਛੋਟਾ। ਇਹ ਸਾਸ਼ੇ 'ਚ ਨਹੀਂ ਆਉਂਦਾ ਭੈਣ ਮੇਰੀ, ਇਹ ਨਹੀਂ ਸਾਸ਼ੇ 'ਚ ਆਉਂਦਾ। ਅੱਛਾ, ਆਹੋ ਨੌ ਬਲਸ਼ਮ ਹੀ ਹੈ ਜੀ। ਨੌ ਬਲਸ਼ਮ ਹੀ ਹੈ ਨੇ, ਸਾਰੀਆਂ ਪਈਆਂ ਨੇ, ਦਿਖਾਇਆ ਜੀ ਜ਼ਰਾ। ਆਹ ਵੇਖੋ, ਨਜ਼ਰ ਨਹੀਂ ਆਉਂਦੀਆਂ ਪਈਆਂ, ਨਜ਼ਰ ਕਮਜ਼ੋਰ ਆ। ਨਹੀਂ ਚਾਹੀਦੀ ਕਿਹੜੀ, ਮੈਂ ਉਹ ਕੱਢ ਦਿੰਦਾ। ਭਾਈ ਨੂੰ ਕਲੇਜੀ ਰੰਗ ਦੀ ਕਲੇਜੀ ਰੰਗ ਵੇਖੋ। ਨਹੀਂ ਨਹੀਂ, ਇਹ ਅਲੱਗ ਕਲੇਜੀ ਰੰਗ ਵੇਖੋ। ਕਲੇਜੀ ਰੰਗ ਹੋਵੇ, ਕਲੇਜੀ ਜਿਸ ਤਰ੍ਹਾਂ ਦੀ ਕਲੇਜੀ ਹੁੰਦੀ ਹੈ ਨਾ, ਜਿਸ ਤਰ੍ਹਾਂ ਦੀ ਉੱਦਾਂ ਦਾ ਰੰਗ ਹੋਵੇ, ਸੂਹਾ ਸੂਹਾ ਜਿਹਾ। ਕੀ ਚਵਾਉਣੀ ਹੈ? ਕਸਾਈ ਦੀ ਦੁਕਾਨ ਤੋਂ ਰੁੜ ਜਾ ਉੱਥੋਂ ਭੈਣ ਮੇਰੀ, ਇਹ ਕਲੇਜੀ ਲੈ ਕੇ ਤੂੰ ਉਂਗਲਾਂ 'ਤੇ ਐਂ ਕਰਕੇ ਫੇਰ ਲਾ, ਐਂ ਕਰਕੇ ਵੀ ਕਲੇਜੀ ਰੰਗ ਹੀ ਹੋਰ ਹੈ ਕਿ ਕਰਜਵੇਂ ਰੰਗ ਦੇ ਦਿੱਤਾ ਮੈਂ? ਇਹ ਕੀ ਹੈ? ਨਹੀਂ ਭੈਣ, ਖੱਟੇ ਰੰਗ ਦੀ ਹੈ ਜੀ, ਖੱਟੇ ਰੰਗ ਦੀ। ਨੋਬਲ ਨਿੰਬੂ ਵਾਲੀ? ਖੱਟੇ ਰੰਗ ਦੀ ਨਹੀਂ, ਮਾਲਟਾ ਰੰਗ। ਅੱਛਾ, ਔਰੇਂਜ ਕਲਰ ਦੀ ਕਹਿ ਨਾ ਭੈਣ। ਹਾਂਜੀ ਭੈਣ, ਹਾਂਜੀ। ਹੈਲਾ, ਚਿੱਟੀ ਨੂੰ ਪਾਲਿਸ਼ ਵੀ ਹੁੰਦੀ ਹੈ? ਹੁੰਦੀ ਬਈ, ਚਿੱਟੀ ਨੋਲ ਪਾਲਿਸ਼ ਕਿਉਂ ਨਹੀਂ ਹੁੰਦੀ? ਨੇਲ ਪਾਲਿਸ਼, ਨੇਲ ਪਾਲਿਸ਼ ਹੁੰਦੀ ਭਾਈ ਨਾ। ਉਹ ਨੋ ਪਾਲਿਸ਼ ਕਹਿੰਦੀ, ਕਹਿੰਦੇ ਹੋ ਕਦੀ ਕੋਈ? ਐ ਲੋ, ਨਹੀਂ ਚਿੱਟੀ ਨਹੀਂ, ਮੇਰੇ ਸੋਹਣੀ ਲੱਗ ਰਹੀ ਹੈ। ਜਾਮਨੂ ਰੰਗ ਦੀ ਹੈ ਜੀ? ਹੈ? ਜਾਮਨੂ ਰੰਗ, ਜਾਮਨੂ ਰੰਗ ਦੀ ਹੈਗੀ ਐ ਲੋ। ਨਹੀਂ ਨਹੀਂ ਭਾਈ ਨਾ, ਜਾਮਨੂ ਰੰਗ, ਜਾਮਨੂ, ਜਾਮਨੂ ਅੰਦਰ ਵਾਲਾ ਜਾਂ ਬਾਹਰ ਵਾਲਾ? ਜਾਮਨੂ ਬਾਹਰੋਂ ਬਹੁਤਾ ਹੁੰਦਾ, ਅੰਦਰੋਂ ਇੰਜ ਕਰੋ ਤੇ ਉਹ ਹਲਕਾ ਜਿਹਾ ਇੰਜ ਦਾ ਹੀ ਨਿਕਲਦਾ ਵਾ। ਐ ਬਾਹਰੋਂ ਬਾਹਰੋਂ ਜਿਸ ਤਰ੍ਹਾਂ ਦਾ ਹੁੰਦਾ। ਹੈਲੋ, ਇੱਕ ਇਹ ਜੇ ਉਹਦੇ ਵਿੱਚ ਸ਼ੇਡ ਅਤੇ ਇੱਕ ਇਹ ਜੇ ਸ਼ੇਡ। ਹੈਲੋ, ਜਾਮਨੂ ਦਾ ਰੰਗ ਹੈ, ਇਹਦਾ ਵੀ ਕਾਲਾ ਹੁੰਦਾ ਵਾ ਭੈਣ ਮੇਰੀ। ਉਹ ਭਾਈ ਉਹ ਕਾਲਾ ਵੀ ਇਹ ਜਾਮਨੂ ਤੇ ਅੰਦਰੋਂ ਇੰਜ ਦਾ ਨਿਕਲਦਾ ਵਾ। ਤੇਰੇ ਭਾਈ ਨੂੰ ਹੈ ਤੇ ਟੁੱਟੀ? ਉਹ ਟੁੱਟੀ ਨਹੀਂ ਭੈਣ ਮੇਰੀ, ਇਹ ਕਿਉਂ ਟੁੱਟੀ ਹੈ ਕਿ ਕੌਣ ਕਹਿੰਦਾ ਟੁੱਟੀ ਹੈ? ਇਹ ਨਹੀਂ ਟੁੱਟੀ, ਇਹ ਵੇ ਠੀਕ ਹੈ, ਇਹ ਤੂੰ ਖਿੱਚਿਆ ਹੀ ਆਈਂਦਾ ਵੇ। ਹੈ ਵੇ, ਅੱਛਾ ਕੇਸਰੀ ਰੰਗ ਦੀ ਹੈ ਨੂੰ ਕਾਲਜ? ਹੈ ਕੇਸਰੀ ਰੰਗ ਦੀ? ਮੇਰੇ ਕੋਲ ਕੇਸਰੀ ਨਹੀਂ, ਮੇਰੇ ਕੋਲ ਕੈਸਰ ਵਾਲੀ ਹੈਗੀ ਹੈ। ਕੈਸਰ ਵੀ ਹੈ? ਨਹੀਂ, ਕੈਸਰ ਸੁਣਾ ਉਹਲਾ ਲਈ ਦੂਸਰਾ ਵੀ ਡੱਬਾ
ਲਸ਼ ਪਸ਼ ਕਰਦੀਆਂ ਕਰਕੇ ਨਜ਼ਰ ਆਉਂਦੀਆਂ ਹੁਣ ਸ਼ੈਂਪੂ ਕਿਹੜਾ ਕਿਹੜਾ ਜੀ ਸ਼ੈਂਪੂ ਸਨਸਿਲਕ ਵੀ ਹੈ ਵਾਟਿਕਾ ਵੀ ਹੈ ਸਾਰਾ ਇਹਨੇ ਜਿਹੜਾ ਤੁਹਾਨੂੰ ਚਾਹੀਦਾ ਉਹ ਤੁਸੀਂ ਉਹ ਸਭ ਤੋਂ ਉੱਪਰ ਵਾਲਾ ਉਠਾਇਓ ਉਹ ਸਭ ਤੋਂ ਵੱਡੀ ਬੋਤਲ ਇਹ ਹਰੀ ਬੋਤਲ ਲਓ ਜੀ ਇਹ ਜੀ ਇਹ ਪਾਮਾ ਹੁਣ ਲਿਖਦਾ ਹੋਰ ਇਹ ਫੈਮਿਲੀ ਸਾਈਜ਼ ਸਨਸਿਲਕ ਦਾ ਜੀ ਉਹ ਨਾਲ ਵਾਲਾ ਵੀ ਉਠਾਇਆ ਕਿਹੜਾ ਆਹ ਉੱਪਰਲਾ ਹੈ ਆਹ ਉੱਪਰਲਾ ਪਰਲਾ ਹੈ ਹੈਂਡ ਵਾਸ਼ ਹੈ ਜੀ ਇਹ ਨਹੀਂ ਸਿਲਕ ਨੂੰ ਲਾਈਦਾ ਉਹ ਹੈਂਡ ਵਾਸ਼ ਆ ਬੀਬੀ ਹੱਥ ਨੂੰ ਲਾਈਦਾ ਧੋਈਦਾ ਹੱਥ ਇਹਦੇ ਨਾਲ ਹੈਂਡ ਵਾਸ਼ ਬੀਬੀ ਤੂੰ ਚਾਹੀ ਕੀ ਮੈਨੂੰ ਦੱਸ ਜਿਹੜੀ ਸ਼ਾਇਦ ਮੈਂ ਦੇਣ ਡਿਆ ਉਹਦੇ ਸਾਸ਼ੇ ਤੈਨੂੰ ਚਾਹੀਦੇ ਆ ਕਲਰ ਕਿਹੜਾ ਕਿਹੜਾ ਪਿਆ ਕਲਰ ਓਲੀਵੀਆ ਦਾ ਪਿਆ ਵਾ ਬਲੈਕ ਰੋਜ਼ ਪਿਆ ਵਾ ਠੀਕ ਹੈ ਕਲਰ ਆਨ ਦਾ ਪਿਆ ਵਾ ਪੋਲੀ ਕਲਰ ਪਿਆ ਵਾ ਕਿਹੜਾ ਚਾਹੀਦਾ ਬੱਚਿਆਂ ਦਾ ਵੀ ਹੈਗਾ ਉਹ ਜਿਹੜਾ ਉਹ ਕਾਪੀਆਂ ਤੇ ਕਰਦੇ ਨੇ ਰੰਗ 12 ਕਲਰ ਹੁੰਦੇ ਨੇ ਕੀ ਬੁੱਕ ਡਿਪੂ ਤੇ ਆਈ ਹੈ ਭੈਣ ਮੇਰੀ ਹੈ ਮੈਨੂੰ ਚਾਹੀਦਾ ਕੀ ਹੈ ਮੈਨੂੰ ਉਹ ਅਸਲ ਚੀਜ਼ ਦੱਸ ਦੇ ਜੋ ਤੈਨੂੰ ਚਾਹੀਦੀ ਮੁੰਡੇ ਦੇ ਕਲਰ ਮੁੱਕੇ ਨੇ ਨਾ ਉਹ ਤੇ ਮੈਨੂੰ ਯਾਦ ਆਇਆ ਮੈਂ ਤਾਂ ਮੈਂ ਪੁੱਛਾਂ ਹਰੇ ਭੈਣ ਕੋਲ ਹੋਣ ਜਿਹਨੇ ਦੀ ਤੂੰ ਹੈ ਨਾ ਤੇਰੇ ਮੁੰਡੇ ਦੇ ਵੀ ਕਲਰ ਉੱਡੇ ਹੋਣੇ ਨੇ ਤੇ ਤੇਰੇ ਬੰਦੇ ਦੇ ਵੀ ਕਲਰ ਉੱਡੇ ਹੋਣੇ ਨੇ ਕਿਉਂਕਿ ਤੂੰ ਹੈ ਹੀ ਮੈਨੂੰ ਕਪੱਤੀ ਜਿਹੀ ਲੱਗ ਰਹੀ ਹੈ ਭੈਣ ਮੇਰੀ ਹੈ ਉਹ ਕਲਰ ਹੈ ਜੀ ਉਹ ਕਿਹੜਾ ਕਾਲਾ ਰੋਜ਼ ਕਹਿ ਕਾਲਾ ਰੋਜ਼ ਕਾਲਾ ਰੋਜ਼ ਕਿਹੜਾ ਕਲਰ ਆ ਫਾਲਾਂ ਨੂੰ ਨਾ ਨਾ ਨਹੀਂ ਹੁੰਦਾ ਤੇਰੇ ਭਾਈ ਨਹੀਂ ਲਾਉਂਦੇ ਜਿਹੜੇ ਉਹ ਕਾਲਾ ਰੋਜ਼ ਨਹੀਂ ਬਲੈਕ ਰੋਜ਼ ਆ ਉਹ ਭੈਣ ਮੇਰੀ ਹੈ ਬਲੈਕ ਰੋਜ਼ ਆ ਕਿਹੜੇ ਸਕੂਲ 'ਚ ਪੜ੍ਹ ਬੈਠੀ ਹੈ ਤੂੰ ਤੈਨੂੰ ਪਤਾ ਹੀ ਨਹੀਂ ਲੱਗਣ ਡਿਆ ਕਾਲਾ ਰੋਜ਼ ਕਿਹੜੇ ਸਕੂਲ 'ਚ ਕੀ ਮਤਲਬ ਮੈਂ ਬਈ ਤੈਨੂੰ ਇਹ ਨਹੀਂ ਪਤਾ ਬਲੈਕ ਰੋਜ਼ ਤੈਨੂੰ ਕਹੀਦਾ ਮੈਂ ਮੇਰਾ ਦਿਮਾਗ ਹੀ ਖਪਾਉਣ ਨਹੀਂ ਅੱਗੇ ਇੱਕ ਬੀਬੀ ਆਈ ਉਹਨੇ ਮੇਰਾ ਇੰਨਾ ਦਿਮਾਗ ਖਪਾਇਆ ਉਹਨੂੰ ਮੈਂ ਖਿਜਾ ਕੇ ਗਈ ਹੈ ਇਹ ਬੀਬੀਆਂ ਵੀ ਕਸਮੇ ਖੁਦਾ ਦੇ ਜਿੱਥੇ ਖਲੋ ਜਾਂਦੀਆਂ ਨਾ ਉਹਨਾਂ ਦੀਆਂ ਤੇ ਗੱਲਾਂ ਹੀ ਨਹੀਂ ਮੁੱਕਦੀਆਂ ਚੱਲ ਤੂੰ ਮੇਰਾ ਭਰਾ ਗੱਲਾਂ ਜਿਹੜਾ ਲੱਗ ਤੂੰ ਮੈਨੂੰ ਸੁਣਨੇ ਨਹੀਂ ਤੂੰ ਵੀ ਬੀਬੀ ਗਈ ਆ ਤੂੰ ਕਿਹੜਾ ਮੇਰੇ ਫੁੱਫੇ ਦੀ ਕੁੜੀ ਆ ਬੀਬੀ ਆ ਤੂੰ ਉਹੀ ਕੰਮ ਕਰਨ ਦੀ ਆ ਬਲੈਕ ਰੋਜ਼ ਆ ਉਹ ਕਰਦੇ ਆ ਅੱਛਾ ਇਹਦੇ ਵਿੱਚ ਨਾ ਉਹ ਸਾਸ਼ੇ ਵੀ ਨਿਕਲੇ ਨੇ ਉਹ ਇਹਦੇ ਵਿੱਚ ਸਾਸ਼ੇ ਨਹੀਂ ਹੁੰਦੇ ਇਹਨਾਂ ਵਾਲਾ ਜੇ ਸਾਸ਼ੇ ਲੱਗਦਾ ਵਾ ਇਹਨਾਂ ਵਾਲਾ ਹੀ ਤੇ ਵੀ ਘੱਟ ਜਾਂਦਾ ਦੋ ਲੱਗਦੇ ਆ ਵੀ ਨਹੀਂ ਹਾਂ ਤੇਰੇ ਭੈਣ ਦੀਆਂ ਸਿਰਫ ਕਲਮਾ ਕਲਮਾ ਦੇ ਵਿੱਚ ਮਾੜੇ ਮਾੜੇ ਚਿੱਟੇ ਵਾਲ ਨਹੀਂ ਵਾ ਉਹਦੇ ਤੇ ਕਰਮਾ ਉਹ ਤਵੇ ਦੀ ਸੇਹੀ ਲਾ ਕੇ ਉਹਨੂੰ ਇੰਜ ਕਰਕੇ ਲਾ ਦੇ ਹੋ ਜਾਏਗੀ ਤਵੇ ਦੀ ਸੇਹੀ ਹਾਂ ਬੱਚੇ ਦੀ ਪੈਨਸਲ ਕਾਲੀ ਫੜ ਕੇ ਇੰਜ ਲਾ ਦੇ ਮਾਰਕਰ ਫੇਰ ਦੇ ਉਹਦੇ ਤੇ ਅੱਛਾ ਭਾਈ ਜਾਂ ਉਹ ਤੋਂ ਦੂਸਰਾ ਰੰਗ ਲਿਆ ਕੇ ਇੱਕੋ ਵਾਰੀ ਲਾ ਦੇ ਜੰਮ ਜਾਏ ਉਹਨੂੰ ਮੁਲਤਾਨੀ ਮਿੱਟੀ ਹੈਗੀ ਉਹ ਸਿਰ 'ਚ ਪਾਉਣੀ ਹੈ ਕੀ ਕਰਨੀ ਮੁਲਤਾਨੀ ਮਿੱਟੀ ਮੇਰੇ ਕੋਲ ਫੈਸਲਾਬਾਦ ਦੀ ਫੈਸਲਾਬਾਦ ਦੀ ਮਿੱਟੀ ਹੁੰਦੀ ਹਾਂ ਉਹ ਫੈਸਲਾਬਾਦ ਦੀ ਮਿੱਟੀ ਹੁਣ ਫੈਸਲਾਬਾਦ ਦੀ ਮਿੱਟੀ ਉੱਤੇ ਪਈ ਹੋਈ ਹੈ ਮੁਲਤਾਨੀ ਮਿੱਟੀ ਕੀ ਕਰਨੀ ਤੂੰ ਮੁਲਤਾਨੀ ਮਿੱਟੀ ਮੁਲਤਾਨੀ ਮਿੱਟੀ ਆਪਣੇ ਸਿਰ 'ਚ ਪਾ ਕੇ ਨਾ ਤੇ ਦੁਕਾਨ ਦੇ ਬਾਹਰ ਖਲੋ ਕੇ ਨਾ ਤੇ ਆਪਣਾ ਸਿਰ ਪਿਟਿਆ ਕਰ ਤੇਰੀ ਦੁਕਾਨ 'ਚ ਦਾਗ ਕੋਈ ਨਹੀਂ ਹੁੰਦਾ ਤੇ ਇਹ ਗਾਹ ਕੀ ਹੈ ਕਿ ਲਾਲ ਪੰਪ ਆਇਆ ਮੇਰੀ ਦੁਕਾਨ 'ਚ ਸਾਬਣ ਕਿਹੜਾ ਕਿਹੜਾ ਖੁਸ਼ਬੂ ਵਾਲਾ ਮੈਂ ਕਿਹਾ ਡਫ ਤੈਨੂੰ ਕਿਹੜਾ ਚਾਹੀਦਾ ਹੈ ਡਫ ਕਿਹੜਾ ਡਫ ਇਸ ਗੱਲ ਨੂੰ ਡਫ ਇੱਥੋਂ ਡਫ ਕੀ ਮਤਲਬ ਕੀ ਮਤਲਬ ਡਫ ਕਿਹੜਾ ਮੈਂ ਸਾਬਣ ਭੈਣ ਤੁਸੀਂ ਤੇ ਖਿਜਣ ਨਹੀਂ ਲੱਗ ਪਏ ਖਿਜਣ ਵਾਲੀ ਗੱਲ ਨਾ ਬੀਬੀ ਜਿਹੜੀ ਸ਼ਾਇਦ ਇੰਨੀ ਕਹਿੰਦੀ ਇਹ ਤਾਂ ਸਾਸ਼ੇ ਦੇ ਦਿਓ ਇਹ ਜਦੋਂ ਭੈਣ ਵਿਆਹਣ ਗਏ ਆ ਤੁਸੀਂ ਮੁੰਡਾ ਪਸੰਦ ਕਰਕੇ ਆਏ ਤਾਂ ਤੁਸੀਂ ਕੀ ਕਿਹਾ ਇਹਦਾ ਸਾਸ਼ੇ ਦੇ ਦਿਓ ਐਡਾ ਜਿਹਾ ਦੇ ਦਿਓ ਉਹਦੇ ਨਾਲ ਮੈਂ ਵਿਆਹ ਕਰਨਾ ਹਾਂ ਤਰ੍ਹਾਂ ਦੀਆਂ ਗੱਲਾਂ ਅੱਛਾ ਮੈਂ ਗੱਲਾਂ ਕਰਨ ਆ ਉਹ ਬੀਬੀ ਗੱਲ ਸਹੀ ਤਰ੍ਹਾਂ ਕਰ ਅੱਲਾ ਦਾ ਨਾਜ ਤੈਨੂੰ ਚਾਹੀਦਾ ਕੀ ਉਹ ਦੱਸ ਮੈਨੂੰ ਤੁਹਾਨੂੰ ਤੇ ਆਪਣੇ ਭੈਣ ਦੇ ਕੱਦ ਦਾ ਪਤਾ ਹੀ ਨਹੀਂ ਕਿੱਡਾ ਸ਼ੀ ਵਰਗਾ ਜਵਾਨ ਹੈ ਬਸ ਸ਼ੀ ਵਰਗਾ ਜਵਾਨ ਹੈ ਚੱਲ ਸਾਬਣ ਵਿਖਾ ਗੱਲਾਂ ਹੀ ਕਰੀ ਜਾਏ ਬੇਨਾਨੀ ਉਹ ਡਫ ਉਹ ਚਿੱਟੇ ਰੰਗ ਵਾਲੀ ਜਿਹੜੀ ਹਾਂ ਉਹ ਡਵ ਡਵ ਡਫ ਉਹ ਡਵ ਅੱਛਾ ਹੁਣ ਉਹ ਲੈਣੀ ਹੈ ਜਾਂ ਵੇਖ ਨਹੀਂ ਉਹਦੇ ਸਾਸ਼ੇ ਨਹੀਂ ਲੱਭਦਾ ਮੈਂ ਤੈਨੂੰ ਪਹਿਲੇ ਕਹਿ ਦਿਆਂ ਅੱਛਾ ਹੋਰ ਕੀ ਲੈਣਾ ਵਾ ਵੈਸਲੀਨ ਹੈਗੀ ਵੈਸਲੀਨ ਤਾਂ ਯਾਰ ਉਦੋਂ ਨਹੀਂ ਉਹ ਜਿਹੜੀ ਗਿੱਟਿਆਂ 'ਤੇ ਲਾਉਣ ਵਾਲੀ ਹੁੰਦੀ ਉਹ ਵੈਸਲੀਨ ਗਿੱਟਿਆਂ 'ਤੇ ਲਾ ਭਾਵੇਂ ਪਿੰਨੀਆਂ 'ਤੇ ਲਾ ਭਾਵੇਂ ਹੱਥਾਂ 'ਤੇ ਲਾ ਇਹ ਹੱਥ ਹੁੱਥ ਧੋਣ ਤੋਂ ਬਾਅਦ ਲਾਈਦਾ ਵਾ ਅਸਲ 'ਚ ਗੱਲ ਇਹ ਵੇ ਕਿ ਸੱਸ ਮੇਰੀ ਅੱਡੀਆਂ ਜਿਹੜੀਆਂ ਹੁਣ ਤੈਨੂੰ ਮੈਂ ਪਹਿਲੇ ਹੀ ਉਹ ਦਿੱਤੀ ਜਿਹੜੀ ਤੈਨੂੰ ਚਾਹੀਦੀ ਜੇ ਕਿਵੇਂ ਕਿ ਇਸ ਤੋਂ ਛੋਟੀ ਕਾਗਜ਼ 'ਚ ਉਹ ਨਹੀਂ ਲੱਭਣੀ ਇਹ ਹੀ ਛੋਟੀ ਇਹ ਸਭ ਤੋਂ ਛੋਟੀ ਇਹ ਸਭ ਤੋਂ ਛੋਟੀ ਹੈ ਦੇਸੀ ਘਿਓ ਲੈਣ ਆਈ ਏ ਰੰਗ ਨੀ ਸੋਹਣੇ ਲੱਗੇ ਮੈਨੂੰ ਹੋਰ ਵਿਖਾ
ਰੱਖਿਆ ਕੀ ਤੂੰ ਦੁਕਾਨ ਸਾਰਾ ਕੁਛ ਰੱਖਿਆ ਤੈਨੂੰ ਵੀ ਪਸੰਦ ਆਉਣ ਡਿਆ ਕੁਛ ਮੈਂ ਤੇ ਸਾਰਾ ਕੁਛ ਰੱਖਿਆ ਹੋਇਆ ਇੰਨੀ ਦੇਰ ਦਾ ਨੇਰਾ ਪਲਾਸਟਿਕ ਹੀ ਇਕੱਠਾ ਦੁਕਾਨ ਦੇ ਉੱਤੇ ਤੂੰ ਉਹ ਦੁਕਾਨ ਚ ਪਲਾਸਟਿਕ ਲੱਗਣ ਡਿਆ ਤੈਨੂੰ ਤੇ ਹੋਰ ਕੀ ਹੈ ਭਰਤੀ ਪਾਉਣ ਡਿਆ ਮੈਂ ਖਾਲੀ ਗਰਾਊਂਡ ਆ ਮੇਰੀ ਦੁਕਾਨ ਆ ਫੀਡਰ ਹੈਗੇ ਨੇ ਅੱਛਾ ਫੀਡਰ ਵੀ ਹੈਗੇ ਨੇ ਹਾਂ ਹੈਗੇ ਨੇ ਸਾਰਿਆਂ ਤੋਂ ਵੱਡਾ ਫੀਡਰ ਕਿੰਨੇ ਦਾ ਆਹੋ 350 ਰੁਪਏ ਦਾ ਅੱਛਾ ਤੇ ਚੂਸਦੀ ਹੈਗੀ ਕੀ ਗੱਲ ਭਾਣ ਨੂੰ ਦੇਣੀ ਇਹ ਮਤਲਬ ਤੇਰਾ ਪੰਜ ਕਿਸਰ ਮਸਰੀ ਦਾ ਕੀ ਕੰਮ ਫੀਡਰ ਦਾ ਪੁੱਛ ਕੇ ਸਾਰੇ ਤਵੀਜ਼ ਭਾਣ ਤੱਕ ਨਾ ਜਾ ਤੈਨੂੰ ਮੈਂ ਕਹਾਂ ਤੇ ਹੋਰ ਕਿੱਥੇ ਜਾਵਾਂ ਮੈਂ ਫੀਡਰ ਲਾ ਗੱਲਾਂ ਨਾ ਕਰ ਮੇਰਾ ਭਰਾ ਪੰਜਾਬੀ ਆ ਲੈ ਆ ਦੇ ਜੇ ਇਹ ਵੱਡਾ ਵਾ ਤੇ ਇਹ ਛੋਟਾ ਵਾ ਇਹਦੀ ਸਾਸ਼ੇ ਨਹੀਂ ਆਉਂਦਾ ਮਤਲਬ ਕਿਵੇਂ ਕਿ ਸਾਸ਼ੇ ਦੇ ਦੇ ਨਹੀਂ ਤੇ ਛਾਪਰ ਚ ਦੁੱਧ ਪਾ ਕੇ ਨਾ ਉਦੋਂ ਕੋਨੇ ਤੋਂ ਪਾੜ ਕੇ ਤੇ ਮੂੰਹ ਜਾਈ ਇੰਜ ਪੀਂਦਾ ਰਹੇਗਾ ਉਹ ਹੀ ਸਾਸ਼ੇ ਬਣਨਾ ਵਾ ਇਹਦਾ ਸਾਸ਼ੇ ਨਹੀਂ ਆਉਂਦਾ ਉਹਨੂੰ ਪੀ ਪੀ ਕੇ ਜਵਾਨ ਹੋਏ ਓਏ ਹਾਂ ਆ ਵੀ ਹੋ ਗਿਆ ਕਿੰਨੇ ਦਾ ਆ 300 ਦਾ ਬੀਬੀ ਇੰਜ ਕਰ ਤੂੰ ਫੀਡਰ ਰਹਿਣ ਦੇ ਨਿਪਲ ਦੇ ਦੇ ਮੈਨੂੰ ਸਰ ਨਿਪਲ ਉਹ ਸਟੋਰ ਤੋਂ ਲਵੀ ਕਰਿਆਨੇ ਤੋਂ ਲਵੀ ਕਿਉਂ ਕੀ ਗੱਲ ਉਹ ਸਾਡੇ ਕੋਲ ਨਹੀਂ ਹੁੰਦਾ ਨਿਪਲ ਭਾਈ ਮੈਂ ਕਿੱਥੇ ਇੰਨੀਆਂ ਦੁਕਾਨਾਂ ਫੇਰਦੀ ਰਵਾਂਗੀ ਮੇਰੇ ਕੋਲ ਸਬਜ਼ੀ ਵੀ ਤੂੰ ਮੰਗ ਲੈਣੀ ਹੁਣ ਕੇ ਸਬਜ਼ੀ ਵੀ ਦੇ ਦੇ ਮੈਂ ਦੁਕਾਨਾਂ ਕਿੱਥੇ ਫਿਰਨੀਆਂ ਨੇ ਦਾਲ ਵੀ ਤੈਨੂੰ ਕੱਢ ਦਿਆ ਘਿਓ ਵੀ ਤੈਨੂੰ ਦੇ ਦਿਆਂ ਮੈਂ ਨਹੀਂ ਹਾਂ ਕੇਲੇ ਵੀ ਦਿਆਂ ਸੇਬ ਵੀ ਦਿਆਂ ਤੂੰ ਅੱਛਾ ਇਹ ਕੀ ਗਿੱਟਿਆ ਤੇ ਬੋੜ ਲੈ ਨਹੀਂ ਮੂੰਹ ਤੇ ਚੜਾਉਣ ਵਾਲਾ ਤਾਂ ਕਿ ਬੋਲੇ ਹੀ ਕੋਈ ਚੜਾ ਲੈ ਤਾਂ ਕਿ ਤੇਰੀ ਜ਼ੁਬਾਨ ਬੰਦ ਹੋ ਜਾ ਅੱਛਾ ਮੇਰੀ ਹੋ ਜਾ ਤੇਰੀ ਜਿਹੜੀ ਚਿੜਚਿੜ ਕਰਕੇ ਭੈਣ ਮੇਰੀ ਇਹ ਚੱਲਣ ਡਈ ਉਹ ਨਾ ਬੰਦ ਹੋਵੇ ਕੈਚਰ ਵਿਖਾ ਹੈ ਕੈਚਰ ਪਤਾ ਨਹੀਂ ਕਿਉਂ ਕੈਚਰ ਵੀ ਕਰਨਾ ਲੈਸ ਇਹ ਐ ਲੈ ਆ ਗਿਆ ਚਮਤ ਅੱਛਾ ਇਸ ਰੰਗ ਦੇ ਨਾ 6 ਕੱਢਦੇ 6 ਇਹਦੇ ਰੰਗ ਦੇ 6 ਕੈਚਰ ਇੰਜ ਦੇ ਅੱਛਾ ਰੰਗ ਮੁਖਤਲਿਫ ਲੱਭਣੇ ਆ ਨਹੀਂ 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 ਇੱਕ ਰੰਗ ਦੇ ਚਾਹੀਦੇ ਭਾਈ ਉਹ ਇੱਕ ਰੰਗ ਦੇ ਕੀ ਕਰਨੋ ਤੇ ਕੰਨਾਂ ਦੇ ਵੀ ਲਾਣੇ ਨੱਕ ਤੇ ਮੂੰਹ ਤੇ ਅੱਖਾਂ ਦੇ ਵੀ ਲਾਣੇ ਆ ਓਏ ਤੇਰੇ ਕੋਲ 6 ਰੰਗ ਦੇ ਨਹੀਂ ਓਏ ਇੱਕ ਪੀਸ ਇੱਕ ਪੈਕਟ ਜੇ ਸਾਰੇ ਰੰਗ ਆਉਂਦੇ ਨੇ ਇੱਕ ਵਿੱਚ 6 ਪੀਸ ਨਹੀਂ ਆਉਂਦੇ ਭਾਈ ਮੈਨੂੰ ਇੱਕ ਰੰਗ ਦੇ ਹੀ ਚਾਹੀਦੇ ਨੇ ਚਾਹੀਦੇ ਵੀ 6 ਤੇਰੇ ਕੋਲ ਨਹੀਂ ਹੈਗੇ ਤੇ ਤੂੰ ਗੱਲ ਨਹੀਂ ਹੈਗੇ ਮੇਰੇ ਕੋਲ ਐਂ ਜੇ ਸਾਰੇ ਰੰਗਾਂ 'ਚ 6 ਇੱਕ ਡਿਜ਼ਾਈਨ ਦੇ ਲੱਭ ਜਾਣਗੇ ਅੱਛਾ ਦੇਖ ਇਹਦੇ ਰੰਗ ਜਿਹਨੇ ਨੂੰ ਲੱਗਣਾ ਕਲੇਜੀ ਰੰਗ ਜਿਹਨੇ ਲੱਭਣਾ ਪਤਾ ਨਹੀਂ ਕਲੇਜਾ 'ਚ ਪਾਉਣ ਆਈਏ ਤੈਨੂੰ ਹਰ ਸ਼ਹਿ ਕਲੇਜੀ ਚਾਹੀਦੀ ਹੈ ਕੀ ਉਹ ਕਲੇਜੀ ਚਾਹੀਦੀ ਨੇਰ ਪਾਲਿਸ਼ ਉਹ ਕਲੇਜੀ ਚਾਹੀਦੀ ਹੈ ਕੈਚਰ ਕਲੇਜੀ ਚਾਹੀਦੇ ਨੇ ਪਤਾ ਨਹੀਂ ਕੀ ਚਾਹੁੰਦੀ ਹੈ ਤੂੰ ਅੱਛਾ ਕੈਚਰ ਨਹੀਂ ਇੱਕ ਰੰਗ ਦੇ ਨਹੀਂ ਹੈਗੇ ਯਾਨੀ ਨਹੀਂ ਹੈਗੇ ਚੱਲ ਇੱਕ ਚੁਟਕੀ ਦੇ ਦੇ ਛੁਟੀ ਇਹ ਆ ਲੈ ਲੈ ਵੇ ਆ ਵਾਲੀ ਅੱਛਾ ਆ ਵਾਲੀ ਇੱਕ ਕਿੱਥੇ ਕਰਨੀ ਹੋ ਆਪੇ ਤੂੰ ਗਿਆ 6 ਨਹੀਂ ਹੈਗੀਆਂ ਮੇਰੇ ਕੋਲ ਇੱਕ ਦੇ ਫਿਰ ਉਹ ਕੈਚਰ ਲਾ ਫਿਰ ਇਹ ਕਿੱਥੇ ਲੱਗਣੀ ਤੇ ਬੱਚਿਆਂ ਵਾਲੀਆਂ ਨੇ ਬੀਬੀ ਬੀਬੀ ਬੱਚਿਆਂ ਨਹੀਂ ਚਾਹੀਦੀ ਭਾਈ ਬੱਚਿਆਂ ਲਈ ਆ ਲੈ ਇੱਕ ਆ ਲੈ ਹੋਰ ਦੱਸ ਆਪਣਾ ਹਾਂ ਸੋਚ ਲੈ ਪਹਿਲੇ ਤੈਨੂੰ ਚਾਹੀਦਾ ਕੀ ਇਹ ਕੈਪਸੂਲ ਖਾਣ ਵਾਲੇ ਵੀ ਕਿਹੜੇ ਆਹ ਵਾਲੇ ਆਹੋ ਇਹ ਮੈਦੇ ਦੇ ਕੈਪਸੂਲ ਆ ਮੈਦੇ ਦੇ ਕੈਪਸੂਲ ਆ ਉਹ ਜਿਹੜੇ ਕੈਪਸੂਲ ਉਹ ਹੁੰਦੇ ਨੇ ਜਿਹੜੇ ਚਿੱਟੇ ਰੰਗ ਦੇ ਉਹ ਜਿਹੜੇ ਵਾਈਟ ਕਲਰ ਦੇ ਨਹੀਂ ਹੁੰਦੇ ਚਿੱਟੇ ਰੰਗ ਦੇ ਕੈਪਸੂਲ ਆਹੋ ਉਹ ਤੇ ਲਾਣਾ ਨੇ ਵਾਈਟਨਰ ਵਾਈਟਿੰਗ ਵਾਈਟਨਰ ਕੈਪਸੂਲ ਹਾਂ ਉਹ ਰੰਗ ਚਿੱਟਾ ਕਰਨ ਵਾਲੇ ਉਹੀ ਉਹੀ ਆਹੋ ਉਹ ਹੈ ਨੇ ਤੇਰੇ ਭਾਈ ਦੇ ਗਿੱਟੇ ਅੱਜ ਕੱਲ੍ਹ ਇੰਨੇ ਕਾਲੇ ਹੋ ਓਏ ਉਹਦੇ ਗਿੱਟਿਆਂ ਤੇ ਸੋਟੀਆਂ ਵੱਜਣ ਵਾਲੀਆਂ ਨੇ ਓਏ ਤੇਰੇ ਭਾਈ ਜਾਂਦੇ ਟੁੱਟ ਜਾ ਤੂੰ ਉਹਨੂੰ ਕੈਪਸੂਲ ਨਾਲ ਗਿੱਟੇ ਚਿੱਟੇ ਕਰਨਾ ਉਹਦਾ ਮੂੰਹ ਤੇ ਕਰੀਮ ਵਿੱਚ ਪਾਉਂਦੀਆਂ ਨੇ ਕੁੜੀਆਂ ਨਹੀਂ ਮੈਂ ਫੇਸਬੁੱਕ ਦੇ ਉੱਤੇ ਦੇਖਿਆ ਸੀ ਉਹ ਜਾ ਬੀਬੀ ਫੇਸਬੁੱਕ ਤੇ ਸ਼ਾਪਿੰਗ ਕਰ ਮੇਰੀ ਜਾਨ ਛੱਡ ਦੇ ਨਿਕਲ ਜਾ ਤੂੰ ਮੈਨੂੰ ਕਹਿਣ ਡਿਆ ਪਰਫਿਊਮ ਵਿਖਾ ਉਹ ਕਿਹੜਾ ਪਰਫਿਊਮ ਲੈਣਾ ਉਹ ਸਾਰੇ ਉਹ ਤੋਂ ਪਰਫਿਊਮ ਵਹਾਈ ਜਾਣ ਉਹ ਸਾਰਿਆਂ ਤੂੰ ਉਸਨਾਂ ਵਿਖਾਓ ਐ ਲੈ ਵਹਾ ਦੇ ਉਧਰੋਂ ਪਰਫਿਊਮ ਤੇਰੇ ਭਾਈ ਨੂੰ ਬੜਾ ਪਸੰਦ ਆਏਗਾ ਮੈਂ ਆਪ ਲਾ ਲੈਣੀ ਓਏ ਬੀਬੀ ਓਏ ਬੀਬੀ ਉਹ ਭੈਣ ਮੇਰੀ ਇੱਧਰ ਲਿਆ ਇਹ ਪਰਫਿਊਮ ਨਹੀਂ ਹੈਗੀ ਪਤਾ ਨਹੀਂ ਕਿੱਥੋਂ ਉੱਠ ਕੇ ਆ ਗਈ ਹੈ ਉਹ ਏਅਰ ਫਰੈਸ਼ਨਰ ਆ ਕਮਰਿਆਂ 'ਚ ਮਾਰੀਦਾ ਆ ਭੈਣ ਕੋ ਬੋ ਆਉਂਦੀ ਹੈ ਨਾ ਉਹਨਾਂ ਨੂੰ ਮਾਰ ਲਿਆ ਉਹਨਾਂ ਦੇ ਗਿੱਟਿਆਂ 'ਤੇ ਅੱਛਾ ਇਹ ਪਰਫਿਊਮ ਨਹੀਂ ਹੁਣ ਨਹੀਂ ਹੈਗਾ ਬੀਬੀ ਕਿਉਂ ਮੇਰਾ ਦਿਮਾਗ ਖਾਣ ਡਈ ਸਵੇਰੇ ਸਵੇਰੇ ਕਿਉਂ ਉਹ ਜਿਹੜੀ ਉੱਤੇ ਸਭ ਤੋਂ ਵੱਡੀ ਬੋਤਲ ਪਰਫਿਊਮ ਵਾਲੀ ਪਈ ਨਹੀਂ ਪਈ ਪਈ ਨਹੀਂ ਪਈ ਉਹਦਾ ਜਸਾਸ਼ੇ ਵੀ ਨਹੀਂ ਹੈਗਾ ਉਹ ਨਹੀਂ ਪਈ ਬੋਤਲ ਉਹ ਪਰਫਿਊਮ ਵਾਲੀ ਨਹੀਂ ਆਏ ਨਾ ਸਿਰ ਤੇ ਲਾਉਣ ਵਾਲਾ ਤੇ ਇਹ ਨਹੀਂ ਭਾਈ ਆ ਵਾਲੀ ਆ ਵਾਲੀ ਕਿਹੜੀ ਆ ਔਰ ਉਹ ਹਰੇ ਰੰਗ ਦੀ ਉਹ ਮੇਰੀ ਪਹੁੰਚ ਤੋਂ ਬਾਹਰ ਆ ਮੈਂ ਨਹੀਂ ਦੇ ਸਕਦਾ ਉਹ ਅੱਛਾ ਆਹੋ ਤੇਰੀ ਪਹੁੰਚ ਤੋਂ ਬਾਅਦ ਉਹ ਮੇਰੀ ਉਹਨਾਂ ਦਾ ਬਿੱਲ ਬਣਾਵਾਂ ਕਿਹਦਾ ਇਹ ਸਾਰੀਆਂ ਚੀਜ਼ਾਂ ਦਾ ਚੱਲ ਬਣਾ ਬਿੱਲ ਬਣਾ ਪੰਜਾਬੀ ਇਹ ਕੀ ਆ ਵਿਖਾਈ ਤੇਰੋ ਕਿਹੜਾ ਇਹ ਹੱਥ ਜੇ ਬਣੀ ਹੈ ਹਾਂ ਆ ਲੈ ਇਹ ਕੀ ਇਹ ਚਪੇੜਾ ਵਾ ਇਹ ਮੂੰਹ ਤੇ ਵੱਜਦੀ ਆ ਵਾ ਲੈ ਜਾ ਯਾ ਭਾਏ ਤੇ ਮੂੰਹ ਤੇ ਮਾਰ ਲਈਏ ਕੋ ਰੱਖਿਆ ਐ ਕਰਕੇ ਬਚਾਂਗੇ ਉਹ ਛਾਪਾ ਵਾ ਮਹਿੰਦੀ ਲਾਉਣ ਵਾਲਾ ਤੈਨੂੰ ਉਹ ਤੂੰ ਟਹਿਣਾ ਹੀ ਕੋਈ ਸ਼ਾਇਕ ਨਹੀਂ ਲੈਣ ਆਈ ਮੈਨੂੰ ਇਹ ਦੱਸ ਅੱਛਾ ਇਹ ਛਾਪਾ ਹੈ
ਆਪਣੇ ਮੂੰਹ ਦੇ ਉੱਤੇ ਕਰਕੇ ਲਾਂਪਾ ਪਾਈ ਜਾਇਆ ਕਰੇ ਲੈ ਜਾ ਪਾ ਮੈਨੂੰ ਬੀਬੀ ਮੇਰੇ ਕੋਲ ਐਵੇਂ ਕੰਮ ਕਰ ਜਾ ਕੇ ਅੱਛਾ ਪਤਾ ਨੀ ਤੂੰ ਕਿਹੜੀ ਲੈਣੀ ਹੈ ਕਿਹੜੀ ਨਹੀਂ ਕਿਉਂ ਐ ਲੈਣਾ ਨਹੀਂ ਮੈਨੂੰ ਜ਼ਿਆਦਾ ਨਹੀਂ ਚਾਹੀਦੀ ਮੈਨੂੰ ਥੋੜੀ ਜਿਹੀ ਨਹੀਂ ਚਾਹੀਦੀ ਨਹੀਂ ਯਾਰ ਕਿੱਥੇ ਨਹੀਂ ਨਹੀਂ ਏਡੀ ਉੱਤੋਂ ਲਵਾਇਆ ਵੀ ਨਹੀਂ ਘਰੋਂ ਲੁਕਣ ਮੀਟੀ ਤੇ ਨੀ ਖੇਡਣਾ ਲੱਭੀ ਜਾਨੀ ਕੋਈ ਛੁਪਿਆ ਇੱਥੇ ਅੱਛਾ ਨੌ ਹੈਗੇ ਨੇ ਨੌ ਨਕਲੀ ਜਿਹੜੇ ਨਹੀਂ ਆ ਨੌ ਮੈਂ ਨੀ ਰੱਖਦਾ ਵੇ ਕੱਟੇ ਹੋਏ ਨੇ ਨਹੀਂ ਨਹੀਂ ਮੈਂ ਰੱਖਣੇ ਹੁੰਦੇ ਨੇ ਨਾ ਤੂੰ ਕਿਉਂ ਰੱਖਣੇ ਨੌ ਤੇਰੇ ਮਾਰਨੇ ਆ ਭਾਇਆ ਨੂੰ ਤੇ ਐਹ ਛੋਟੇ ਨੇ ਨਾ ਟੁੱਟ ਗਏ ਨੇ ਕੱਲ ਕੱਪੜੇ ਧੋਤੇ ਨੇ ਟੁੱਟ ਗਏ ਨੇ ਓ ਤੂੰ ਜਾ ਬੀਬੀ ਮੇਰਾ ਦਿਮਾਗ ਨਾ ਖਾ ਅੱਛਾ ਚੱਲ ਬਿੱਲ ਤੇ ਬਣਾ ਬਿੱਲ ਕਿਹਦਾ ਬਣਾਵਾਂ ਕੋਈ ਸ਼ਾਹ ਤੂੰ ਲੈਂਦੀ ਨਹੀਂ ਪੈਂਦੇ ਬਿੱਲ ਕਿਹਦਾ ਬਣਾਉਣਾ ਲੈ ਮੈਂ ਪੈਨਸਲ ਕਾਪੀ ਫੜ ਲਈ ਹੱਥ ਰੱਖੀ ਜਾ ਮੈਂ ਬਿੱਲ ਬਣਾਈ ਜਾਂਦਾ ਕਿੱਥੇ ਹੱਥ ਰੱਖਾਂ ਵੇ ਤਮੀਜ਼ ਦਾ ਕਿੱਥੇ ਹੱਥ ਰੱਖਾਂ ਮੈਂ ਕੀ ਮਤਲਬ ਹੱਥ ਰੱਖੀ ਜਾ ਕਿਦਾ ਕੀ ਮਤਲਬ ਹੋਇਆ ਖੁਦਾ ਦਾ ਨਾ ਹੀ ਚੀਜ਼ਾਂ ਤੇ ਹੱਥ ਰੱਖ ਹੋਰ ਮੈਂ ਤੈਨੂੰ ਕਿੱਥੇ ਹੱਥ ਰੱਖਾਂ ਨਾ ਪੰਜ ਗੱਲ ਕਰ ਮੈਂ ਚੀਜ਼ਾਂ ਤੇ ਹੱਥ ਰੱਖ ਤੂੰ ਤਾਂ ਗੱਲ ਹੀ ਪਈ ਜਾਣ ਡਿਆ ਭਾਈ ਕਮਾਲ ਨਹੀਂ ਹੋ ਗਈ ਤੇਰੇ ਇੱਕ ਤੇਰੇ ਕੋਲੋਂ ਨਾ ਲੈਸ ਹੀ ਚੱਜ ਸਵਾਦ ਦੀ ਆਈ ਤੇ ਮੈਂ ਲੈਸ ਲੈਣ ਸਾ ਤੇ ਇਹ ਸਾਰੀਆਂ ਚੀਜ਼ਾਂ ਕਿਉਂ ਮਤਲਬ ਦਾਜ ਦਾ ਸਮਾਨ ਹੈ ਜਿਹੜਾ ਖਿਲਾਰ ਲਿਆ ਨਨਾਰ ਤੇਰੀ ਦਾ ਵਿਆਹ ਵਾ ਤੇ ਦਹੇਜ ਦਾ ਸਮਾਨ ਹੈ ਵਹਾਣਾ ਤੇ ਤੂੰ ਉਹ ਕਰਾਉਣਾ ਹੀ ਇਹ ਤਾਂ ਮੈਂ ਵੈਸੇ ਹੀ ਵੇਖਣ ਡਈ ਸਾਂ ਕਿ ਵੀ ਤੇ ਉੱਥੇ ਹੀ ਵੇਖੀ ਜਾਂਦੀ ਮੈਂ ਤੈਨੂੰ ਦੱਸੀ ਜਾਂਦਾ ਰੇਟ ਇਹਨਾਂ ਦੇ ਆ ਨੇ ਨਹੀਂ ਇੰਜ ਨਹੀਂ ਨਾ ਪਤਾ ਲੱਗਦਾ ਹੁਣ ਲੈਣਾ ਕੀ ਹੈ ਤੂੰ ਅੱਛਾ ਉਹ ਹੈ ਬੇਸ ਹੈਗੀ ਬੇਸ ਉਹ ਕਿਹੜੀ ਬੇਬੀ ਕੋ ਬੇਸ ਪਸੰਦ ਹੈ ਉਹ ਵਾਲੀ ਉਹ ਨਹੀਂ ਅੱਬਾ ਜੀ ਗੁੱਸੇ ਵਾਲੇ ਨੇ ਉਹ ਕਹਿੰਦੇ ਗੱਡੀ ਦੁਕਾਨ 'ਚ ਟੇਪ ਸ਼ੇਪ ਨਹੀਂ ਲਾਉਣੀ ਮੈਂ ਬੇਸ ਤਾਂ ਨਹੀਂ ਰੱਖੀ ਨਹੀਂ ਭੈਣ ਹਾਂ ਉਹ ਬੇਸ ਹੁੰਦੀ ਲੱਕ ਨਹੀਂ ਬੇਸ ਉਹ ਥੱਲੇ ਅੱਛਾ ਉਹ ਬੇਸਮੈਂਟ ਥੱਲੇ ਆ ਮੇਰੇ ਵੇ ਨਹੀਂ ਭਾਈ ਲਕਮੀ ਬੇਸ ਲਕਮੀ ਲਕਮੀ ਲੱਕ 28 ਕੁੜੀ ਦਾ 47 ਵੇਟ ਕੁੜੀ ਕੀ ਮਤਲਬ ਤੇਰਾ ਤੂੰ ਤੇ ਤੈਨੂੰ ਇਹ ਨਹੀਂ ਤੈਨੂੰ ਗਾਣੇ ਯਾਦ ਆ ਰਹੇ ਨੇ ਤੂੰ ਦੁਕਾਨ ਤੇ ਖੜੋਗੇ ਤੇ ਤੂੰ ਗਾਹਕਾਂ ਨੂੰ ਗਾਣੇ ਸੁਣਾਉਂਦਾ ਰਹਿਣਾ ਮੈਨੂੰ ਇਹ ਤਾਂ ਦੱਸ ਤਾ ਭੈਣ ਮੇਰੀ ਇਹ ਗੱਲ ਤੂੰ ਆਪ ਤੂੰ ਕਿ ਲਕਮੀ ਤੇ ਮੈਂ ਤੇ ਗਾਣਾ ਕੰਪਨੀ ਦਾ ਨਾਮ ਦੱਸਣ ਡਈ ਆ ਕਮਾਲ ਨਹੀਂ ਹੋ ਗਈ ਤੇਰੇ ਪਤਾ ਨਹੀਂ ਕਿਹੜੀ ਕੰਪਨੀ ਹੈ ਲਕਮੀ ਲਕਮੀ ਕਿੰਨੀ ਲਾਈ ਦੀ ਕਿੱਥੇ ਆ ਬੇਸ ਇਹ ਨੇ ਮੂੰਹ ਤੇ ਲਾਣਾ ਪਾਊਡਰ ਜਿਹਾ ਨਹੀਂ ਚਿੱਟਾ ਜਿਹਾ ਹੁੰਦਾ ਜਿਹੜਾ ਅੱਛਾ 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 ਉਹ ਲਕਮੀ ਓਏ ਲਕਮੀ ਗੱਲ ਵੀ ਪੈ ਜਾਂਦੀ ਤੂੰ ਇਹ ਵੀ ਨਹੀਂ ਲੈਣੀ ਇਹਦੀ ਸਾਸ਼ੇ ਚੱਲ ਜਾ ਬੀਬੀ ਕੰਮ ਕਿਉਂ ਕੀ ਮਤਲਬ ਮੈਂ ਕਹਿੰਦਾ ਇੱਥੋਂ ਨਿਕਲ ਜਾ ਹੁਣ ਅੱਛਾ ਚੱਲ ਬਿੱਲ ਮੈਂ ਕਿਹਦਾ ਬਿੱਲ ਬਣਾਵਾਂ ਕਿਹੜੀ ਸ਼ਾਇਦ ਇਹ ਜਿਹੜੇ ਸਾਸ਼ੇ ਲਏ ਨੇ ਤੇਰੇ ਕੋਲ ਕਿਹੜਾ ਸਾਸ਼ੇ ਦੇ ਇੱਕ ਵੀ ਨਹੀਂ ਹੈਗਾ ਮੇਰੇ ਕੋਲ ਇਹ ਸ਼ੈਂਪੂ ਦਾ ਸਾਸ਼ੇ ਇਹਦਾ ਸਾਸ਼ੇ ਇਹਦਾ ਕਿੱਥੋਂ ਪਰਫਿਊਮ ਦਾ ਇਹਦਾ ਸਾਸ਼ੇ ਕਿਹੜਾ ਹੁੰਦਾ ਵਾ ਇਹਦਾ ਤਾਂ ਤੂੰ ਸਾਸ਼ੇ ਕਿਹਾ ਤੈਨੂੰ ਤੂੰ ਆਪ ਕਿਹਾ ਦਾ ਨਿਪਲ ਦੇ ਦੇ ਹਾਂ ਤੇ ਨਿਪਲ ਦੇ ਇਹਦਾ ਸਾਸ਼ੇ ਕਿਹੜਾ ਵਾ ਹੁਣ ਜੀਤ ਕਿਹੜੀ ਹੈ ਜਿਹਦਾ ਮੈਂ ਬਿੱਲ ਬਣਾਉਣਾ ਵਾ ਲੈਸ ਨਹੀਂ ਹੈਗੀ ਫਿਰ ਤੇਰੇ ਕੋਲ ਉਹ ਤੂੰ ਬਹੁਤ ਵਿਹਲੀ ਹੈ ਅੱਛਾ ਲੈਂਸ ਹੈਗੇ ਨੇ ਲੈਂਸ ਹੈ ਲੈਂਸ ਅੱਖਾਂ 'ਚ ਨਹੀਂ ਜਿਹੜੇ ਲਾਈਦੇ ਰੰਗ ਬਰੰਗੀਆਂ ਅੱਖਾਂ ਜਿਹੇ ਆਹੋ ਲੈਂਸ ਹਾਲੀ ਵੀ ਅੱਖਾਂ 'ਚ ਲਾਉਣੇ ਆ ਮੇਰੇ ਕੋਲ ਲੈਂਦਾ ਹਜ਼ਾਰ ਵਾਲੇ ਹਾਂ ਕਰਕੇ ਲਾ ਕੇ ਇਹਨਾਂ 'ਤੇ ਸ਼ਰਮ ਆਉਂਦੀ ਉਹ ਵਾਲੇ ਦੇ ਦਿਆ ਉਹ ਕਿਹੜੇ ਹੁੰਦੇ ਉਹ ਤੂੰ ਲਾ ਲਿਆ ਤੈਨੂੰ ਪਤਾ ਲੱਗਿਆ ਮੈਂ ਕਿਸੇ ਦੁਕਾਨਦਾਰ ਨਾਲ ਗੱਲ ਕਰਨ ਡਈ ਹਾਂ ਘਰ ਨਹੀਂ ਆ ਮੈਂ ਬੈਠੀ ਉਹ ਕਿਹੜੇ ਦੁਕਾਨਦਾਰ ਨਾਲ ਕੀ ਗੱਲ ਕਰਨ ਡਈ ਹਾਂ ਮੈਂ ਤੂੰ ਹੀ ਗੱਲਾਂ ਕਰੀ ਜਾ ਰਿਹਾ ਖਲੋਤਾ ਮੈਂ ਤਾਂ ਤੈਨੂੰ ਇੱਕ ਗੱਲ ਵੀ ਨਹੀਂ ਕੀਤੀ ਮੈਂ ਤਾਂ ਤੈਨੂੰ ਚੀਜ਼ਾਂ ਕਹਿਣ ਡਈ ਤੂੰ ਅੱਗੋਂ ਮੇਰੇ ਗੱਲ ਪਈ ਆਹ ਚੀਜ਼ਾਂ ਮੇਰੀ ਅੰਮੀ ਨੇ ਰੁਕਾ ਲੈ ਕੇ ਦਿੱਤਾ ਕਿ ਪੁੱਤਰ ਕੱਢ ਕੇ ਘਰ ਭੇਜਦੀ ਤੂੰ ਬਣਾਈਆਂ ਨੇ ਬੇਬੀ ਕਿੰਨੇ ਕਢਾਈਆਂ ਨੇ ਗੱਲ ਉਹ ਜਾ ਕੰਮ ਕਰ ਜਾ ਮੈਂ ਤੂੰ ਹੁਣ ਜਾਣੀ ਹੈ ਕਿ ਨਹੀਂ ਮੈਂ ਤਾਂ ਕੰਮ ਕਰ ਜਾ ਮੇਰਾ ਦਿਮਾਗ ਨਾ ਖਾ ਲਈ ਸਵੇਰ ਮੈਂ ਕਿੰਨੀਆਂ ਔਰਤਾਂ ਦੇ ਮੱਥੇ ਲੱਗਣਾ ਵਾ ਤੇ ਤੂੰ ਹੀ ਪਹਿਲਾਂ ਮੇਰਾ ਦਿਮਾਗ ਚੱਟ ਕਰ ਗਈ ਹੈ ਵੇ ਮੈਂ ਤੈਨੂੰ ਕੀ ਕਿਹਾ ਵੇ ਭਾਈ ਕੀ ਮੈਨੂੰ ਅੱਛਾ ਅੱਜ ਹਾਲੀ ਕੁਛ ਵੀ ਨਹੀਂ ਕਿਹਾ ਅੱਛਾ ਚੱਲ ਸਾਸ਼ੇ ਤੇ ਪੈਕ ਕਰ ਮੇਰੇ ਕੋਈ ਸਾਸ਼ੇ ਸੁਸ਼ੇ ਨਹੀਂ ਨਿਕਲ ਇੱਥੋਂ ਵੇ ਸਾਸ਼ੇ ਉਹ ਚੱਲ ਨਿਕਲ ਇੱਥੋਂ ਫੇਰ ਕਹਿੰਦੇ ਨੇ ਦੁਕਾਨਦਾਰ ਬਦਤਮੀਜ਼ੀਆਂ ਕਰਦੇ ਨੇ ਆਪ ਨਹੀਂ ਪਤਾ ਕਿ ਦਨਾਨੀਆਂ ਕੀ ਕਰਦੀਆਂ ਨੇ ਅੱਜਾ ਆਪਣੇ ਖਸਮ ਦਾ ਦਿਮਾਗ ਖਾ ਜਾ ਕੇ ਫਿਰ ਮੈਂ ਨਾ ਹੀ ਸਮਝਾਂ ਅੱਗੇ ਮੈਂ ਤੈਨੂੰ ਬੜਾ ਤੇਰੇ ਮਗਰ ਮਗਰ ਚੀਜ਼ਾਂ ਲੈ ਕੇ ਫਿਰਨ ਡਿਆ ਨਾ ਹੀ ਆ ਚੱਲ